ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਸਖੰਦਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਲੰਗਾਨੂ ਸਿਕਉਮਤੋਂ ਕੱਢਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਹੁਕਮਨਾਮਾ ਜਾਰੀ ਹਣੀਪ੍ਰੀਤ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿੱਚ ਵਿਵਾਦ ਮੁੱਖ ਮੰਤਰੀ ਮਨੋਰ ਲਾਲ ਬੋਲੇ ਪੰਜਾਬ ਨੂੰ ਪਹਿਲਾਂ ਤੋਂ ਸੀ ਹਣੀਪ੍ਰੀਤ ਦੀ ਜਾਣਕਾਰੀ ਕੈਪਟਨ ਨੇ ਆਖਿਆ ਅਸਫਲਤਾਵਾਂ ਲਗਾਉਣ ਦਾ ਮਨਕਰ ਦੋਸ਼ ਲਾਰੇ ਨੇ ਹਰਿਆਣਾ ਦੇ ਮੁੱਖ ਮੰਤਰੀ ਗੁਜਰਾਤ ਹਾਈ ਕੋਰਟ ਨੇ ਮੋਦੀ ਨੂੰ ਦਿੱਤੀ ਕਲੀਨ ਚਿੱਟ ਸਾਫ ਆਖਿਆ ਗੁਜਰਾਤ ਦੰਗੇ ਨਹੀਂ ਸਨ ਵੱਡੀ ਸਾਜਿਸ਼ ਨਵਜੋਤ ਸਿੱਧੂ ਨੇ ਆਖਿਆ ਪੰਜ ਪ੍ਰਾਪਤੀਆਂ ਦੇ ਨਗਰ ਨਿਗਮ ਚੋਣਾ ਲੜੇਗੀ ਕਾਂਗਰਸ ਸੁਆਮੀ ਨਾਥਨ ਰਿਪੋਰਟ ਸੁਪਰੀਮ ਕੋਰਟ ਵੱਲੋਂ ਮਾਮਲਾ ਕੇਂਦਰ ਹਵਾਲੇ ਕਿਸਾਨ ਜੱਥੇਬੰਦੀਆਂ ਦੀ ਲੋਕ ਖੇਤ ਪਟੀਸ਼ਨ ਕੀਤੀ ਖਾਰਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਆਖਿਆ ਜੰਤਰ ਮੰਤਰ ਤੇ ਪ੍ਰਦਰਸ਼ਨ ਫੌਰੀ ਰੋਕੇ ਜਾਣ ਵਡੂੰਗਰ ਨੂੰ ਰਣਜੀਤ ਸਿੰਘ ਕਮਿਸ਼ਨ ਵੱਲੋਂ ਸੱਮਨ ਬੇਅਦਬੀ ਦੇ ਮਾਮਲੇ ਵਿੱਚ ਪੱਖ ਰੱਖਣ ਲਈ 9 ਅਕਤੂਬਰ ਨੂੰ ਕੀਤਾ ਤਾਲਬ ਕਾਂਗਰਸ ਦਾ ਵਫਦ ਸਵਰਨ ਸਲਾਰੀਆ ਖਿਲਾਫ ਮੁੱਖ ਚੋਣ ਅਫਸਰ ਨੂੰ ਮਿਲਿਆ ਹਲਫਨਾਮੇ ਵਿੱਚ ਜਾਣਕਾਰੀ ਲੁਕਾਉਣ ਦਾ ਦੋਸ਼ ਲਾਇਆ ਉਮੀਦਵਾਰਾਂ ਦੇ ਚਰਿੱਤਰ ਖਿਲਾਫ ਦੋਨੇ ਪਾਰਟੀਆਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨ ਲੱਗੀਆਂ ਹੁਣ ਖਬਰਾਂ ਦੀ ਵਿਸਥਾਰ ਨਿੰਦਰ ਕੁਗਿਆਨਵੀ ਸਾਰੇ ਸਰੋਤਿਆਂ ਨੂੰ ਸੱਤ ਸ੍ਰੀ ਅਕਾਲ ਕਹਿੰਦਾ ਅਕਾਲੀ ਦਲ ਵਿੱਚੋਂ ਕੱਢੇ ਗਏ ਸੁੱਚਾ ਸਿੰਘ ਲੰਗਾ ਦੀ ਖਾਲੀ ਹੋਈ ਥਾਂ ਕਿਹੜਾ ਸੁੱਚਾ ਸਿੰਘ ਪੂਰੀ ਕਰੇਗਾ ਗੁਰਦਾਸਪੁਰ ਤੋਂ ਆਈ ਰਿਪੋਰਟ ਆਮ ਆਦਮੀ ਪਾਰਟੀ ਵੱਲੋਂ ਸੁਭਾਈ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਮਗਰੋਂ ਆਪਣਾ ਪੰਜਾਬ ਪਾਰਟੀ ਬਣਾਉਣ ਮਗਰੋਂ ਸਾਬਕਾ ਵਿਧਾਇਕ ਸੁਚਾ ਸਿੰਘ ਛੋਟੇਪੁਰ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਦੀ ਤਿਆਰੀ ਕੱਸ ਲਈ ਹੈ ਪਾਰਟੀ ਆਗੂਆਂ ਨੇ ਉਹਨਾਂ ਨਾਲ ਗੁਪਤ ਮੁਲਾਕਾਤ ਵੀ ਕੀਤੀ ਹੈ ਸੂਤਰਾਂ ਨੇ ਦਾਅਵਾ ਕੀਤਾ ਸੀਨੀਅਰ ਆਗੂਆਂ ਨਾਲ ਮੁਲਾਕਾਤ ਦਾ ਮਤਲਬ ਉਹਨਾਂ ਦੀ ਆਪਣੀ ਪਿਤਰੀ ਪਾਰਟੀ 'ਚ ਵਾਪਸੀ ਹੋਣਾ ਹੈ ਇਸ ਬਾਰੇ ਛੋਟੇਪੁਰ ਨੇ ਕਿਹਾ ਕਿ ਮੈਂ 6 ਅਕਤੂਬਰ ਨੂੰ ਆਖਰੀ ਫੈਸਲਾ ਲੈਣਾ ਹੈ ਸੂਤਰ ਕਹਿੰਦੇ ਆ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਪਾਰਟੀ ਸ਼ਾਮਲ ਹੋ ਸਕਦਾ ਹੈ ਜਿਹੜੇ ਐਨੀ ਦਿਨੀ ਹਲਕੇ ਵਿੱਚ ਚੋਣ ਪ੍ਰਚਾਰ ਚ ਛੁੱਟੇ ਹੋਏ ਨੇ ਇਸ ਵਾਪਸੀ ਨੂੰ ਸੁਚਾਰੂ ਤਰੀਕੇ ਨਾਲ ਯਕੀਨੀ ਬਣਾਉਣ ਲਈ ਪਰਦੇ ਪਿੱਛੇ ਹੋ ਕੇ ਕੰਮ ਕਰਨ ਵਾਲਿਆਂ ਵਿੱਚ ਸਾਬਕਾ ਕੈਬਨਟ ਮੰਤਰੀ ਜਨਮੇਜਾ ਸਿੰਘ ਸੇਖੋਂ ਤੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਕਾਲੀ ਦਲ ਦੇ ਪ੍ਰਧਾਨ ਸਲਾਹਕਾਰ ਚਰਜੀਤ ਸਿੰਘ ਬਰਾੜ ਦੇ ਨਾਨ ਸ਼ਾਮਲ ਨੇ ਅਕਾਲੀ ਲੀਡਰਸ਼ਿਪ ਏ ਪੀ ਪੀ ਮੁਖੀਨੋ ਪਾਰਟੀ ਚ ਸ਼ਾਮਲ ਕਰਨ ਲਈ ਐਸ ਗੱਲ ਰੁਚੀ ਦਿਖਾ ਰਹੀ ਹੈ ਕਿਉਂਕਿ ਸੁੱਚਾ ਸਿੰਘ ਲੰਗਾ ਦੇਸਤੀ ਫੇਤੋ ਮਗਰੋਂ ਤੇ ਕੱਡਾ ਕਢਾਈ ਤੋਂ ਬਾਅਦ ਡੇਰਾ ਬਾਬਾ ਨਾਨਕ ਹਲਕੇ ਵਿੱਚ ਖੱਪਾ ਪੈਦਾ ਹੋ ਗਿਆ ਹੈ ਐਸ ਹਲਕੇ ਵਿੱਚ ਸੁੱਚਾ ਸਿੰਘ ਛੋਟੇਪੁਰ ਦਾ ਕਾਫੀ ਪ੍ਰਭਾਵ ਹੈ ਜੇ ਉਹ ਸ਼ਾਮਲ ਕਰ ਲੈਂਦੇ ਅਕਾਲੀ ਦਲ ਚ ਤਾਂ ਇਹ ਖੱਪਾ ਛੋਟੇਪੁਰ ਸਿੱਝ ਹੀ ਪੂਰ ਸਕਦੇ ਨੇ ਸੋਸ਼ਲ ਮੀਡੀਆ ਤੇ ਬਾਦਲਾਂ ਵਿਰੋਧ ਪ੍ਰਚਾਰ ਦੀ ਲੱਗੀ ਹੈ ਛੜੀ ਚੰਡੀਗੜ੍ਹ ਤੋਂ ਲਿਖਦਾ ਹੈ ਦਵਿੰਦਰਪਾਲ ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਹੋਰੇ ਧੂਆਂ ਧਰ ਪ੍ਰਚਾਰ ਨੇ ਪਾਰਟੀਆਂ ਗੋਦੀ ਹਾਲਤ ਪਤਲੀ ਕਰ ਦਿੱਤੀ ਹੈ ਪੰਜਾਬ ਚ ਸੱਤਾ ਤਬਦੀਲੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਸਭ ਤੋਂ ਜ਼ਿਆਦਾ ਪ੍ਰਚਾਰ ਹੋ ਰਿਹਾ ਸੀ ਪਰ ਸੁੱਚਾ ਸਿੰਘ ਲੰਗਾ ਮਾਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬੋਰਡ ਲੋਕਾਂ ਦੇ ਨਿਸ਼ਾਨੇ ਤੇ ਆ ਗਿਆ ਅਕਾਲੀ ਦਲ ਨੂੰ ਇਸ ਦਾ ਸਿਆਸੀ ਤੌਰ ਤੇ ਕਾਫੀ ਨੁਕਸਾਨ ਹੋ ਰਿਹਾ ਹੈ WhatsApp Facebook YouTube ਤੇ ਹੋਰ ਸੋਸ਼ਲ ਸਾਈਟਾਂ ਤੇ ਸਾਬਕਾ ਮੁੱਖ ਪੰਤੀ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਕੇਂਦਰੀ ਮੰਤਰੀ ਹਰਸ਼ਮント ਕੌਰ ਬਾਦਲ ਸ਼੍ਰੋਮਣੀ ਕਾਲੀ ਦਲ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀਆਂ ਫੋਟੋਆਂ ਪਾ ਕੇ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਅੱਜ ਬੀਬੀ ਜਗੀਰ ਕੌਰ ਦੀ ਫੋਟੋ ਪਾ ਕੇ ਲਿਖਿਆ ਕਿਸੇ ਨੇ ਕਿ ਜਗੀਰ ਕੌਰ ਕਹਿੰਦੀ ਹੈ ਹਾਏ ਨਹੀਂ ਸੁੱਚਾ ਸਿੰਘ ਵੀ ਫੜਿਆ ਗਿਆ ਔਰ ਨਾਲ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਦੂਜੇ ਪਾਸੇ ਅਕਾਲੀ ਦਲ ਦੇ ਬਰਾਰੇ ਡਾਕਟਰ ਚੀਮਾ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਅਕਾਲੀ ਆਗੂਆਂ ਖਿਲਾਫ ਮੁਹਿੰਮ ਵੀ ਡੀ ਹੋਈ ਹੈ ਜੋ ਆਪਣੀਆਂ ناکਾਮੀਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰ ਸਕਣ ਪੰਜਾਬ ਚ ਫਰਵਰੀ ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਖਿਲਾਫ ਸੋਸ਼ਲ ਮੀਡੀਆ ਤੇ ਪ੍ਰਚਾਰ ਚਿਕਰਾਂ ਤੇ ਸੀ ਵਿਰੋਧੀ ਪਾਰਟੀਆਂ ਪ੍ਰਚਾਰ ਦਾ ਮੁਕਾਬਲਾ ਲਈ ਕਾਂ ਅਕਾਲੀ ਦਲ ਨੇ ਸੱਤਾ ਚ ਹੁੰਦਿਆਂ ਕਈ ਟੀਮਾਂ ਬਣਾਈਆਂ ਕੰਪਨੀਆਂ ਦੀ ਵੱਧ ਦਲਾਈ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਲੀ ਦਲ ਵਿਰੋਧ ਪ੍ਰਚਾਰ ਘਟ ਗਿਆ ਸੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਖਿਲਾਫ ਸ਼ੁਰੂ ਹੋ ਗਿਆ ਸੀ ਪ੍ਰਚਾਰ ਹੁਣ ਲੰਗਾ ਮਾਮਲੇ ਨਾਲ ਕਾਲੀ ਦਲ ਮੁੜ ਨਿਸ਼ਾਨੇ ਤੇ ਆ ਗਿਆ ਹੈ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਨੇ ਮੰਨਿਆ ਕਿ ਸੋਸ਼ਲ ਮੀਡੀਆ ਉੱਤੇ ਪਾਰਟੀ ਵਿਰੋਧ ਹੋ ਰੇ ਪ੍ਰਚਾਰ ਤੋਂ ਸਿੱਧ ਹੁੰਦਾ ਹੈ ਸਤਾਹੀਣ ਹੋਣ ਤੋਂ ਬਾਅਦ ਵੀ ਲੋਕਾਂ ਦੇ ਮਨਾਂ ਵਿੱਚ ਕਾਲੀਆਂ ਪ੍ਰਤੀ ਖਾਸਾ ਗੁੱਸਾ ਹੈ ਸੋਸ਼ਲ ਮੀਡੀਆ ਉਤੇ ਕਾਲੀ ਦਲ ਪੱਖੀ ਪ੍ਰਚਾਰ ਵਧਾਉਣ ਲਈ ਪਾਰਟੀ ਪ੍ਰਧਾਨ ਕਰੀਬੀ ਮੰਨੇ ਜਾਂਦੇ ਚਰਨਜੀਤ ਬਰਾੜ ਨੇ ਕਈ ਜ਼ਿਲ੍ਹਿਆਂ 'ਚ ਮੀਟਿੰਗਾਂ ਕਰਕੇ ਸੁਖਵੀਰ ਸਿੰਘ ਬਾਦਲ ਦੇ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਪਸੰਦ ਕਰਨ ਤੇ ਹੋਰ ਪ੍ਰਚਾਰ ਲਈ ਪਾਰਟੀ ਵਰਕਰਾਂ ਤੇ ਜ਼ਿਲ੍ਹਾ ਪਧਰੀਆਂ ਨੂੰ ਹਦਾਇਤਾਂ ਦਿੱਤੀਆਂ ਚਰਨਜੀਤ ਬਰਾੜ ਵੱਲੋਂ ਮੀਟਿੰਗਾਂ 'ਚ ਆਪਣੇ ਨਾਲ ਸੂਚਨਾ ਟੈਕਨਾਲੋਜੀ ਮਾਰਾਂ ਨੂੰ ਵੀ ਲਿਜਾਇਆ ਗਿਆ ਵਰਕਰਾਂ ਨੂੰ ਫੇਸਬੁੱਕ WhatsApp YouTube ਦੇ ਗੁਰ ਵੀ ਦੱਸਿਆ ਅਮਰਸਰ ਸਾਹਿਬ ਕੋ ਖਬਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸੁੱਚਾ ਸਿੰਘ ਲੰਗਾ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੈ ਇਹ ਐਲਾਨ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਹੋਈ ਸਿੰਘ ਸਹਿਬਾਨ ਦੀ ਮੀਟਿੰਗ ਪਿੱਛੋਂ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਤਹਿਤ ਸੁੱਚਾ ਸਿੰਘ ਲੰਗਾ ਨਾਲ ਸਿੱਖ ਪੰਥ ਵੱਲੋਂ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੀ ਅਪੀਲ ਕੀਤੀ ਗਈ ਹੈ ਚੰਡੀਗੜ੍ਹ ਤੋਂ ਇੱਕ ਹੋਰ ਖਬਰ ਆ ਰਹੀ ਹੈ ਗੁਰਮੀਤ ਰਾਮ ਰੀਮ ਸਿੰਘ ਦੇ ਜ਼ਬਰ ਜਨਾਹ ਦਾ ਸ਼ਿਕਾਰ ਬਣੀਆਂ ਦੋ ਪੀੜਤਾਂ ਡੇਰਾ ਮੁਖੀ ਨੂੰ ਉਮਰ ਕੈਦੀ ਸਜ਼ਾ ਦਿਵਾਉਣ ਲਈ ਪੰਜਾਬ ਤੇ ਰਹਿਣਾ ਹਾਈ ਕੋਰਟ ਵਿੱਚ ਪਹੁੰਚ ਗਈਆਂ ਨੇ ਵਕੀਲ ਨਵ ਕਿਰਨ ਸਿੰਘ ਰਾਏ ਦਾਖਲ ਕੀਤੀਆਂ ਨਜ਼ਰਸਾਨੀ ਪਟੀਸ਼ਨਾਂ ਦਾ ਬਲਾਤਕਾਰ ਪੀੜਤਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਵੱਲੋਂ ਕੀਤੇ ਗਏ ਕਾਰੇ ਲਈ 10 ਸਾਲ ਦੀ ਸਜ਼ਾ ਨਾ ਟੁਕਵੀਂ ਹੈ ਤੇ ਨਾ ਹੀ ਸੌਤਲਤਾ ਇੱਕ ਪਟੀਸ਼ਨ ਨੇ ਕਿਹਾ ਕਿ ਜੁਰਮ ਦੀ ਗੰਭੀਰਤਾ ਨੂੰ ਵੇਖਦਿਆਂ ਮੁਲਜ਼ਮ ਨੂੰ ਵੱਡੀ ਮਸਾਲੀ ਸਜ਼ਾ ਦਿੱਤੇ ਜਾਣ ਦੀ ਲੋੜ ਹੈ ਅੱਜ ਪੰਜਾਬ ਤੇ ਹਰਿਆਣਾ ਦੀ ਪੁਲਿਸ ਨੇ ਹਣੀਪੀਤ ਨੂੰ ਪੁੱਛਗਿੱਛ ਲਈ ਭਵਾਨੀਗੜ੍ਹ ਤੇ ਬਠਿੰਡਾ ਦੇ ਥਾਣੇ ਅੱਜ ਘੁਮਾਇਆ ਉਸ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ ਔਰ ਬਠਿੰਡੇ ਤੋਂ ਖਬਰਾਂ ਅਨੁਸਾਰ ਡੇਰਾ ਸਰਸਾ ਮੁਖੀ ਦੀ ਗੋਦ ਲਈ ਤੀ ਹਣੀਪ੍ਰੀਤ ਦੇ ਸੁਖਦੀਪ ਘਰ ਵਾਸੀ ਬੱਲੂਆਣਾ ਜ਼ਿਲ੍ਹਾ ਬਠਿੰਡਾ ਨਾਲ ਫੜੇ ਜਾਣ ਤੋਂ ਬਾਅਦ ਉਸ ਤੇ ਬਠਿੰਡਾ ਚ ਲੋਕੇ ਰਹਿਣ ਦੀ ਚਰਚਾ ਹੈ ਜਦ ਕਿ ਸੁਖਦੀਪ ਦੇ ਪਰਿਵਾਰ ਮੈਂਬਰ ਤੇ ਪਿੰਡ ਦੇ ਲੋਕਾਂ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਹੈ ਸਖਦੀਪ ਕੌਰ ਪਤਨੀ ਇਕਬਾਲ ਸਿੰਘ ਦਾ ਪੂਰਾ ਪਰਿਵਾਰ ਡੇਰਾ ਸਿਰਸਾ ਨਾਲ ਜੁੜਿਆ ਹੋਇਆ ਉਹ ਡੇਰਾ ਸਿਰਸਾ ਦੇ ਪੱਕੇ ਪ੍ਰੇਮੀ ਹੈ ਇਕਬਾਲ ਸਿੰਘ ਆਪਣੇ ਪਰਿਵਾਰ ਨਾਲ 20 ਸਾਲਾਂ ਤੋਂ ਡੇਰੇ 'ਚ ਰਹਿ ਰਿਹਾ ਹੈ ਸੂਤਰ ਦੱਸਦੇ ਨੇ ਡੇਰਾ ਮੋਖੀ ਦੀ ਗੱਡੀ ਚਲਾਉਂਦਾ ਹੈ ਪਿੰਡ ਦੇ ਸਾਬਕਾ ਸਰਪੰਚ ਮਖਤਿਆਰ ਸਿੰਘ ਦੇ ਭਰਾ ਹਰੀਪ੍ਰੀਤ ਸਿੰਘ ਤੇ ਜిల్లా ਪ੍ਰੀਸ਼ਦ ਮੈਂਬਰ ਮਲਕੀਤ ਸਿੰਘ ਦਾ ਕਹਿਣਾ ਕਿ ਪਿੰਡ ਚਾਹਨੇ ਪ੍ਰੀਦੇ ਆਉਣ ਬਾਰੇ ਸਿਰਫ ਚਰਚਾ ਜਦਕਿ ਉਹਨਾਂ ਕਦੇ ਪਿੰਡ ਚ ਉਸਨੂੰ ਨਹੀਂ ਦੇਖਿਆ ਦੂਜੇ ਪਾਸੇ ਡਿਪਟੀ ਕਮਿਸ਼ਨਰ ਪੁਲਿਸ ਪੰਚਕੁਲਾ ਮਨਵੀਰ ਸਿੰਘ ਨੇ ਕਿਹਾ ਹਣੀਪ੍ਰੀਤ ਬਠਿੰਡਾ ਜ਼ਿਲ੍ਹੇ ਚرائیਆ ਪਰ ਉਹ ਇਹ ਨਹੀਂ ਦੱਸ ਸਕਿਆ ਕਿ ਕਿੰਨੇ ਦਿਨ ਤੇ ਕਿੱਥੇ ਰਹੀ ਹੈ ਇਸ ਬਾਰੇ ਬਠਿੰਡਾ ਦੇ ਐਸਐਸਪੀ ਨੇ ਫੋਨ ਤੇ ਸੰਪਰਕ ਕੀਤਾ ਤਾਂ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਹਣੀਪ੍ਰੀਤ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਆਮੋ ਸਾਹਮਣੇ ਨੇ ਮੁੱਖ ਮੰਤਰੀ ਮਨੋਲਲਾਲ ਨੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਕਟਾਰੇ ਵਿੱਚ ਖੜਾ ਕੀਤਾ ਉਹਨਾਂ ਦੇ ਬਿਆਨ ਅੰਤਵਾਦ ਪੰਜਾਬ ਵਿੱਚ ਵੀ ਸਖਤ ਰੋਸ ਪ੍ਰਗਟ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਮਨੋਰ ਲਾਲ ਦੇ ਦੋਸ਼ਾਂ ਨੂੰ ਮਨ ਕਰ ਦੱਸਿਆ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਨੇ ਆਖਿਆ ਕਿ ਇਸ ਮਾਮਲੇ ਦੀ ਜਾਣਕਾਰੀ ਪੰਜਾਬ ਪੁਲਿਸ ਨੂੰ ਪਹਿਲਾਂ ਤੋਂ ਸੀ ਲੇਕਿਨ ਹਰਿਆਣਾ ਪੁਲਿਸ ਵੱਲੋਂ ਇਸ ਦੀ ਸੂਚਨਾ ਦੇਣ ਵਿੱਚ ਦੇਰੀ ਹੋਈ ਹੈ ਉਹਨਾਂ ਆਖਿਆ ਕਿ ਹਨੀਪ੍ਰੀਤ ਤੇ ਪੁੱਛਗਿੱਛ ਵਿੱਚ ਪੰਜਾਬ ਪੁਲਿਸ ਦੀ ਭੂਮਿਕਾ ਹੋਰ ਸਪਸ਼ਟ ਹੋ ਜਾਏਗੀ ਪੰਜਗੁਲਾ ਵਿੱਚ ਹੋਈ ਹਿੰਸਾ ਤੇ ਪੰਜਾਬ ਦੇ ਲੋਕਾਂ ਦੀਆਂ ਗੱਡੀਆਂ ਦੀ ਬਰਾਮਦਗੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਫਿਲਹਾਲ ਹਨੀਪ੍ਰੀਤ ਤੋਂ ਪੁੱਛ ਕੇ ਚੱਲ ਰਹੀ ਹੈ ਹੌਲੀ ਹੌਲੀ ਸੱਚਾਈ ਸਾਹਮਣੇ ਆਏਗੀ ਹਨੀਪ੍ਰੀਤ ਨੂੰ ਬਠਿੰਡਾ ਦੇ ਇੱਕ ਪਿੰਡ ਵਿੱਚ ਲੈ ਕੇ जाया ਜਾਏਗਾ ਜਿੱਥੇ ਪੁੱਛ ਕੇ ਇਸ ਤਰ੍ਹਾਂ ਕੁਝ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਹਨੀਪ੍ਰੀਤ ਮਾਮਲੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਦੇ ਬਿਆਨ ਦੀ ਆਲੋਚਨਾ ਕੀਤੀ ਉਹਨਾਂ ਆਖਿਆ ਕਿ ਆਪਣੀ ਅਸਫਲਤਾ ਲਕੋਣ ਲਈ ਮਨਕਰਤ ਦੋਸ਼ ਲਾਇਆ ਜਾ ਰਿਹਾ ਹੈ ਕੈਪਟਨ ਨੇ ਹਨੀਪ੍ਰੀਤ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਸਾਜ਼ਿਸ਼ਬੰਦੀ ਖੱਟਰ ਦੇ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਆਖਿਆ ਕਿ ਡੇਰਾਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਭੜਕੇ ਹਿੰਸਾ ਵਿੱਚ ਕਾਨੂੰਨੀ ਵਿਵਸਥਾ ਦੀ ਸਥਿਤੀ ਭੰਗ ਹੋ ਗਈ ਉਸ ਵਿੱਚ ਲੋਕਾਂ ਦਾ ਧਿਆਨ ਹਟਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਹੁਣ ਐਸੀਆਂ ਕੋਸ਼ਿਸ਼ਾਂ ਕਰ ਰਹੇ ਨੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਜਾਂ ਕਿਸੇ ਵੀ ਸੰਸਥਾ ਦੇ ਹਨੀਪਰੀਦ ਦੀ ਗ੍ਰਿਫਤਾਰੀ ਸਬੰਧੀ ਪੂਰੇ ਘਟਨਾਕਰਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਉਹਨਾਂ ਆਖੇ ਕਿ ਜੇਕਰ ਪੰਜਾਬ ਪੁਲਿਸ ਦੇ ਕੋਲ ਹਨੀਪਰੀਦ ਦੇ ਬਾਰੇ ਵਿੱਚ ਕੋਈ ਸੂਚਨਾ ਹੁੰਦੀ ਤਾਂ ਉਹ ਹਰਿਆਣਾ ਪੁਲਿਸ ਨੂੰ ਸਾਂਝੀ ਜ਼ਰੂਰ ਕੀਤੀ ਜਾਂਦੀ ਹਰਿਆਣਾ ਪੁਲਿਸ ਵੱਲੋਂ ਉਹਨਾਂ ਆਖੇ ਕਿ ਕੁਝ ਅਧਿਕਾਰੀ ਕੋਈ ਦਿਨ ਤੋਂ ਜਾਣਦੇ ਸਨ ਕਿ ਉਹ ਕਿੱਥੇ ਹੈ ਪਰ ਉਸਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹੇ ਸਥਾਨਕ ਸਰਕਾਰਾਂ ਬਾਰੇ ਨਵਜੋਤ ਸਿੰਘ ਸਿੱਧੂ ਨੇ ਹਾਨੀਪ੍ਰੀਤ ਮਾਮਲੇ ਵਿੱਚ ਪੰਜਾਬ ਦੇ ਨੇਤਾਵਾਂ ਦੀ ਭੂਮਿਕਾ ਨੂੰ ਖਾਰਜ ਕੀਤਾ ਹੈ। ਉਹਨਾਂ ਤੋਂ ਪੁੱਛਿਆ ਗਿਆ ਕਿ ਕਾਂਗਰਸ ਨੇਤਾ ਹਰਵੰਦਰ ਜੱਸੀ ਤੇ ਹਾਨੀਪ੍ਰੀਤ ਨੂੰ ਬਚਾਉਣ ਦੇ ਦੋਸ਼ ਹੈ ਤੇ ਹਾਨੀਪ੍ਰੀਤ ਜਿਸ ਘਰ ਵਿੱਚ ਸੀ ਉਹ ਜੱਸੀ ਦੀ ਦੱਸੀ ਜਾ ਰਹੀ ਹੈ। ਇਸੇ ਸਿੱਧੂ ਨੇ ਆਖਿਆ ਕਿ ਕੋਈ ਸਬੂਤ ਨਹੀਂ ਉਹਨਾਂ ਦੋਸ਼ਾਂ ਨੂੰ ਖੰਡਨ ਕਰਦਿਆਂ ਇਸ ਗੱਲ ਨੂੰ ਗਲਤ ਕਰਾਰ ਦਿੰਦਾ ਹੈ। ਗੁਰਦਾਸਪੁਰ ਵਿੱਚ ਲੋਕ ਸਭਾ ਜਿਮਣੀ ਚੋਣ ਲਈ ਕਾਂਗਰਸ ਤੇ ਅਕਾਲੀ ਭਾਜਪਾ ਗੜਚੜ ਵਿੱਚ ਕਰ جاری ਪ੍ਰਚਾਰ ਜੰਗ ਦੇ ਨਵੀਂ ਸ਼ਕਲ ਅਖਤਿਆਰ ਕਰ ਲਈ। ਪਾਰਟੀਆਂ ਹੁਣ ਤੱਕ ਇੱਕ ਦੂਜੇ ਖਿਲਾਫ ਰਾਜਨੀਤਿਕ ਸਮਾਜਿਕ ناکਾਮੀਆਂ ਤੇ ਭ੍ਰਸ਼ਟਾਚਾਰ ਵਰਗੇ ਮਾਮਲੇ ਉਠਾ ਕੇ ਵੋਟਾਂ ਆਪਣੇ ਪੱਖ ਵਿੱਚ ਕਰਨ ਦਾ ਯਤਨ ਕਰਦੀਆਂ ਰਹੀਆਂ ਸਨ ਲੇਕਿਨ ਹੁਣ ਕਾਂਗਰਸ ਤੇ ਅਕਾਲੀ ਭਾਜਪਾ ਗੱਲਚੋੜ ਦੇ ਵਿੱਚ ਕਰ ਗੁਰਦਾਸਪੁਰ ਦੀ ਸੀਟ ਦੀ ਜੰਗ ਨੇਤਾਵਾਂ ਦੇ ਚਰਿੱਤਰ ਹੰਨ ਦੇ ਦੋਸ਼ਾਂ ਤੱਕ ਜਾ ਪਹੁੰਚੀ ਹੈ ਸਾਬਕਾ ਕਲੀ ਮੰਤਰੀ ਸੁੱਚਾ ਸਿੰਘ ਲੰਗਾਤ ਤੇ ਬਦਸਲੂਕੀ ਦੇ ਦੋਸ਼ਾਂ ਦੇ ਬਾ ਮੁਸ਼ਕਲ ਅਲੱਗ ਹੋਈ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਅਮੀਦਰ ਲਈ ਪ੍ਰਚਾਰ ਤੇਜ ਕੀਤਾ ਸੀ ਕਿ ਕਾਂਗਰਸ ਨੇ ਹੁਣ ਭਾਜਪਾ ਦੇ ਅਮੀਦਰ ਸਵਰਨ ਸਲਾਰੀਆ ਦੇ ਚਰਿੱਤਰ ਤੇ ਸਿੱਧੀ ਉਂਗਲ ਚੁੱਕੀ ਕਾਂਗਰਸ ਦਾ ਕਹਿਣਾ ਕਿ ਸਵਰਨ ਸਲਾਰੀਆ ਤੇ ਮੁੰਬਈ ਵਿੱਚ ਇੱਕ ਔਰਤ ਨਾਲ ਬਦਸਲੂਕੀ ਦਾ ਮਾਮਲਾ ਦਰਜ ਹੋਇਆ ਇਸ ਤੋਂ ਇਲਾਵਾ ਉਹਨਾਂ ਤੇ ਧੋਖਾਧੜੀ ਦਾ ਮਾਮਲਾ ਦਰਜ ਹੈ ਲੇਕਿਨ ਉਹਨਾਂ ਆਪਣੇ ਨਾਮਜ਼ਦਗੀ ਪੱਤਰ ਵਿੱਚ ਇਹ ਗੱਲਾਂ ਲੁਕਾਈਆਂ ਇਸ ਲਈ ਉਹਨਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣੇ ਚਾਹੀਦੇ ਨੇ ਇਸ ਮਾਮਲੇ ਨੂੰ ਤੂਲ ਦੇਣ ਵਿੱਚ ਕਾਂਗਰਸ ਕੋਈ ਕਸਰ ਨਹੀਂ ਛੱਡ ਰਹੀ ਜਦੋਂ ਕਿ ਅਚਾਨਕ ਹਮਲਿਆਂ ਵਿੱਚ ਤੇ ਸਕਤੇ ਵਿੱਚ ਆਏ ਅਕਾਲੀ ਭਾਜਪਾ ਨੇਤਾ ਸ਼ਾਮ ਤੱਕ ਚੁੱਪੀ ਸਾਦੇ ਰਹੇ ਲੇਕਿਨ ਇਸ ਤੋਂ ਬਾਅਦ ਭਾਜਪਾ ਵੱਲੋਂ ਸਪੱਸ਼ਟ ਦਿੱਤੀ ਗਈ ਕਿ ਸਲਾਰੀਆਂ ਤੇ 376 420 ਦੇ ਮਾਮਲੇ ਸਮਾਪਤ ਹੋ ਚੁੱਕੇ ਹਨ ਤੇ ਉਨ੍ਹਾਂ ਖਿਲਾਫ ਐਸਾ ਕੋਈ ਕੇਸ ਨਹੀਂ ਜਿਸ ਵਿੱਚ 2 ਸਾਲ ਤੋਂ ਵੱਧ ਸਜ਼ਾ ਦਾ ਪ੍ਰਬੰਧ ਹੋਵੇ ਇਸੇ ਲਈ ਐਸੇ ਮਾਮਲੇ ਦੇ ਨਾਮਜ਼ਦਗੀ ਪੱਤਰ ਵਿੱਚ ਵਰਣਨ ਕਰਨਾ ਜ਼ਰੂਰੀ ਨਹੀਂ ਸੀ ਦੂਜੇ ਪਾਸੇ ਸਾਬਕਾ ਅਕਾਲੀ ਨੇਤਾ ਸੋਚਾ ਸਿੰਘ ਲੰਗਾਤੇ ਰੇਪ ਦੇ ਮਾਮਲੇ ਨੂੰ ਲੈ ਕੇ ਗੁੱਸੇ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਕਾਂਗਰਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੁਖਬੀਰ ਨੇ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਬਾਦਲ ਨੂੰ ਨਿਸ਼ਾਨੇ ਤੇ ਲੈਂਦੇ ਆ ਸੂਬਾ ਸਰਕਾਰ ਦੀਆਂ ਇੱਕ ਇੱਕ ਨਾਕਾਮੀਆਂ ਗਰਾਉਂਦੇ ਆ ਆਖਿਆ ਕਿ ਕਾਂਗਰਸ ਆਪਣੀਆਂ ਨਾਕਾਮੀਆਂ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਹੋਸ਼ੇ ਹਤਕੰਡੇ ਵਰਤ ਰਹੀ ਹੈ ਜਲੰਧਰ ਤੋਂ ਖਬਰ ਦਮਦਮੀ ਟਕਸਾਲ ਨੇ 사ウਦੀ ਅਰਬ ਦੇ ਦਮਾਮ ਸ਼ਹਿਰ ਚ ਫਸੀ 30 ਸਾਲਾ ਔਰਤ ਨੂੰ 1.5 ਲੱਖ ਰੁਪਏ ਦੀ ਰਕਮਾ ਦਾ ਕਰਕੇ ਵਾਪਸ ਲਿਆਂਦਾ ਹੈ ਸ਼ਿਆਰਪੁਰ ਦੇ ਪਿੰਡ ਭੁਗਰਦੀਨ ਦੀ ਕੁਵਿੰਦਰ ਕੌਰ ਨੇ ਕੁਝ ਦਿਨ ਪਹਿਲਾਂ ਫੇਸਬੁੱਕ ਤੇ ਵੀਡੀਓ ਪਾ ਕੇ ਉਹਨੂੰ ਬਚਾਉਣ ਦੀ ਅਪੀਲ ਕੀਤੀ ਸੀ ਇਸ ਤੋਂ ਬਾਅਦ ਦਮਦਮਿਤ ਕਸਾਲ ਨੇ ਮਾਮਲੇ ਨੂੰ ਆਪਣੇ ਹੱਥਾਂ 'ਚ ਲਿਆ ਏਜੰਟਾਂ ਦੁਆਰਾ ਮਾਲਕ ਵੱਲੋਂ ਮੰਗੀ ਜਾਰੀ 1.5 ਲੱਖ ਰੁਪਏ ਦੀ ਰਕਮ ਅਦਾ ਕੀਤੀ ਜਿਸ ਸਦਕਾ 2 ਮਹੀਨੇ ਪਹਿਲਾਂ 사ウਦੀਆ ਅਰਬ ਗਈ ਕੁਵਿੰਦਰ ਕੌਰ ਆਥ ਨੇ ਦਿੱਲੀ ਪਹੁੰਚੀ ਆਪਣੇ ਉੱਤੇ ਹੋਏ ਤਸ਼ੱਦਦ ਬਾਰੇ ਕੁਵਿੰਦਰ ਕੌਰ ਰੋਂਦਿਆਂ ਰੋਂਦਿਆਂ ਦੱਸਦੀ ਹੈ ਕਿ ਏਜੰਟ ਨੇ ਉਸਨੂੰ ਕਿਹਾ ਸੀ ਕਿ ਉਸ ਕੋਲ ਕੇਵਲ ਝਾੜੂ ਪੋਚਾ ਕਰਵਾਇਆ ਜਾਣਾ ਪਰ ਉਸ ਕੋਲ ਸਮਰੱਥਾ ਤੋਂ ਵੱਧ ਕੰਮ ਕਰਵਾਇਆ ਜਾਂਦਾ ਸੀ ਤੇ ਠੀਕ ਢੰ ਖਾਣ ਪੀਣ ਵੀ ਨਹੀਂ ਦਿੱਤਾ ਜਾਂਦਾ ਇਕਵਿੰਦਰ ਨੇ ਦੱਸਿਆ ਕਿ ਉਸ ਨੂੰ ਤਨਖਾਹ ਵੀ ਨਹੀਂ ਦਿੱਤੀ ਗਈ ਤੇ ਕੁਝ ਅਜੀਹਤ ਛੇਦਤ ਵੀ ਕੀਤਾ ਗਿਆ ਜੋ ਬੋਲ ਕੇ ਬਿਆਨ ਨਹੀਂ ਕਰ ਸਕਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਉਣ ਤੋਂ ਬਾਅਦ ਮੋਬਾਈਲ ਫੋਨ ਵੀ ਖੋ ਲੈ ਗਏ ਸਨ ਅਮਰਸਰ ਸਾਹਿਬ ਤੋਂ ਖਬਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਆਪਣੀ ਜੇਬ ਵਿੱਚੋਂ ਪਰਸਨਲ ਅਕਾਊਂਟ ਚੋਂ ਭੇਟ ਕੀਤੇ ਆ ਜਿਨ੍ਹਾਂ ਦੀ ਕਣਕ ਦੀ ਫਸਲ ਅਪ੍ਰੈਲ ਮਈ ਵਿੱਚ ਸ਼ਾਰਟ ਸਰਕਟ ਕਾਰਨ ਛੋਈ ਸੀ ਉਹਨਾਂ ਆਪਣੀ ਨਿੱਜੀ ਜੇਬ ਚੋਂ 15 ਲੱਖ ਰੁਪਏ ਦੇ ਚੈੱਕ ਜਨਾਲਾ ਉਪ ਮੰਡਲ ਦੇ ਪਿੰਡਾਂ ਚ ਕਿਸਾਨਾਂ ਨੂੰ ਦਿੱਤੇ ਬੀਤੇ ਦਿਨੀ ਇਹ ਮਾਮਲਾ ਸ਼੍ਰੋਮਣੀ ਕਮੇਟੀ ਵੱਲੋਂ ਜ਼ੋਰ ਸ਼ਨਾਵਾ ਰਹਿ ਗਿਆ ਸੀ ਜਿਸ ਤੋਂ ਬਾਅਦ ਸਿੱਧੂ ਨੇ ਮਹਾਵਜੇ ਦੇ ਚੈੱਕ ਦਿੱਤੇ ਇਸ ਮੌਕੇ ਉਹਨਾਂ ਭਾਜਪਾ ਨੂੰ ਵੀ ਕਰੜਿਆ ਤੀ ਲਿਆ ਉਹਨਾਂ ਕਹਿ ਕੇ ਕੇਂਦਰ ਸਰਕਾਰ ਵੱਲੋਂ ਜੀਐਸਟੀ ਸੰਬੰਧੀ ਲੈ ਫੈਸਲੇ ਕਰ ਸੂਬਾ ਪੰਜਾਬ ਆਰਥਿਕ ਤੱਕੀ ਚੌਂਗ ਲੰਘ ਰਿਹਾ ਹੈ ਤੰਗੀ ਚੋਂ ਲੰਘ ਰਿਹਾ ਹੈ ਪਿਛਲੇ 6 ਮਹੀਨਿਆਂ ਵਿੱਚ ਸੂਬੇ ਨੇ ਆਪਣੇ ਹਿੱਸੇ ਦੇ 1800 ਕਰੋੜ ਰੁਪਏ ਚੋਂ ਸਿਰਫ 450 ਕਰੋੜ ਰੁਪਏ ਦਾ ਹਿੱਸਾ ਪ੍ਰਾਪਤ ਕੀਤਾ ਹੈ ਸੰਗਰੂਰ ਤੋਂ ਖਬਰ ਲੌਂਗਵਾਲ ਪੁਲਿਸ ਵੱਲੋਂ ਸ਼੍ਰੋਮਣੀ ਕਾਲੀ ਦਾਲ ਨਾਲ ਸੰਬੰਧਿਤ ਨਗਰ ਕੌਂਸਲ ਲੌਂਗਵਾਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਨਗਰ ਕੌਂਸਲ ਨਰਿੰਦਰ ਸਿੰਘ ਨੰਦੂ ਦੇ ਕਰਛਾ ਪੇ ਮਾਰੇ ਗਏ ਘਰ ਚੋਕਾਰ ਝੋਂ ਤੇ ਘਰ ਚੋਂ 125 ਪੇਟੀਆਂ ਸ਼ਰਾਬ ਫੜੀ ਗਈ ਜਦ ਕਿ ਨਗਰ ਕੌਂਸਲਰ ਮੌਕੇ ਤੋਂ ਪੱਜ ਗਿਆ ਬਰਾਮਦ ਕੀਤੀ ਨਗਰ ਕੌਂਸਲ ਦੀ ਕਾਰ ਦੇ ਜਾਲੀ ਰਜਿਸਟ੍ਰੇਸ਼ਨ ਨੰਬਰ ਦੀ ਪ੍ਰੇਟਰ ਤੇ ਕਾਰ ਅੱਗੇ ਪਹਿਲਾ ਵਾਲੇ ਵਾਈਸ ਚੇਅਰਮੈਨ ਦੇ ਅਹੁਦੇ ਦੀ ਸਨੇਰੀ ਅੱਖਰਾਂ ਚ ਵੱਡੀ ਪ੍ਰੇਟ ਵੀ ਪੁਲਿਸ ਨੇ ਲੱਗੀ ਹੋਈ ਫੜੀ ਹੈ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੋਹਾਲੀ ਚ ਪੰਜਵੀਂ ਮਾਲ ਚ ਇਮਾਰਤ ਦੇ ਵਿੱਚ ਦਫ਼ਤਰ ਦੇ ਬਾਹਰ ਮਿਲਣ ਵਾਲਿਆਂ ਦਾ ਤੰਤਾ ਲਗਾਇਆ ਸੀ ਹਰੇਕ ਆਪੋ ਆਪਣੀ ਫਰਿਆਦ ਸੁਣਾਉਣ ਦੀ ਤਾਬਲਾ ਸੀ ਇਹ ਪ੍ਰਕਿਰਿਆ ਰਾਤੀ 7 ਵਜੇ ਤੱਕ ਜਾਰੀ ਸੀ ਸਕੱਤਰ ਆਮ ਜਨਤਾ ਨੂੰ ਮਿਲਦੇ ਨਾਲ ਦਫ਼ਤੀ ਅਧਿਕਾਰੀਆਂ ਨਾਲ ਮੀਟਿੰਗਾਂ ਕਰਦਾ ਤੇ ਝਾੜ ਝੰਮ ਕਰਦਾ ਰਿਹਾ ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਫਾਈਲਾਂ ਤੇ ਜਿਲੇਬੀਆਂ ਨਾ ਬਣਾਓ ਸਿੱਧੇ ਸਾਦੇ ਦਸਕਤ ਕਰੋ ਤੇ ਫੈਲਾ ਕੱਢੋ ਜਲੰਧਰ ਤੋਂ ਖਬਰ ਸਾਬਕਾ 올ਿਪੀਅਨ ਤੇ ਜਲੰਧਰ ਸ਼ਾਉਣੀ ਦੇ ਵਿਧਾਇਕ ਪ੍ਰਗਟ ਸਿੰਘ ਨੇ ਸ਼ਾਉਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਹਾਕੀ ਪੰਜਾਬ ਦੀ ਪ੍ਰਧਾਨਗੀ ਤੋਂ ਲਾਂਭੇ ਕਰਕੇ ਉਹਨਾਂ ਸਿਰ ਸਿਆਸੀ ਗੋਲ ਕਰ ਦਿੱਤਾ ਹੈ ਸੁਖਵੀਰ ਬਾਦਲ ਕੋਲੋਂ ਪੰਜਾਬ ਹਾਕੀ ਦੀ ਪ੍ਰਧਾਨਗੀ ਖੋ ਕੇ ਪ੍ਰਗਟ ਸਿੰਘ ਨੇ ਸਾਲ ਪਹਿਲਾਂ ਹੀ ਉਹਨਾਂ ਨੂੰ ਸ਼ਾਉਣੀ ਕਾਲੀਦਾਲ ਤੋਂ ਮਤਲਕ ਕਰਨ ਦਾ ਬਦਲਾ ਵੀ ਲੈ ਲਿਆ ਹੈ ਪ੍ਰਗਟ ਸਿੰਘ ਹਾਕੀ ਜਥੇਬੰਦੀ ਦੇ ਮੋਢ ਜਨਨ ਸਖਤਰ ਬਣ ਗਏ ਨੇ ਪਰ ਸੁਖਵੀਰ ਸਿੰਘ ਬਾਦਲ ਤੇ ਬੇਕਮ ਸਿੰਘ ਮਜੀਠੀਆ ਨੂੰ ਇਸ ਜਥੇਬੰਦੀ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਗਿਆ ਪੰਜਾਬ ਡੈਰੀ ਲਈ ਮੈਂ ਆਸ਼ਿਫ ਘੋਟ ਲਊਂ ਮੈਂ ਜਲਾਲਾਬਾਦ ਦੇ ਐਮਐਲਏ ਨੂੰ ਜਵਾਬਦੇ ਨਹੀਂ ਹਾਂ ਮੇਰੀ ਜਵਾਬਦੇਹੀ ਸਿਰਫ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਹੈ ਇਹ ਕਹਿਣਾ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਮਨਪ੍ਰੀਤ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਸੁਖਬੀਰ ਦਾ ਜਵਾਬ ਦਿੰਦੇ ਹੋਏ ਮਨਪ੍ਰੀਤ ਨੇ ਕਿਹਾ ਕਿ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਉਥੇ ਕਿਸਾਨਾਂ ਦਾ ਕਰਜ਼ਾ ਬਹੁਤ ਘੱਟ ਮੁਆਫ ਕੀਤਾ ਗਿਆ ਹੈ ਮਨਪੀਤ ਨੇ ਕਿਹਾ ਜੇ ਕੈਪਟਨ ਸਰਕਾਰ ਨੇ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕੀਤਾ ਹੈ ਤਾਂ ਇਸ ਨੂੰ ਕੋਈ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਤੇ ਕਿਸਾਨਾਂ ਨੂੰ ਸਰਕਾਰ ਤੇ ਭਰੋਸਾ ਕਰਨਾ ਚਾਹੀਦਾ ਹੈ ਛਤੀਸਗੜ ਦੇ ਕੋਰਬਾ ਲੋਕ ਸਭਾ ਹਲਕੇ ਤੋਂ ਪਾਜਪਾ ਦੇ ਐਮਪੀ ਬੰਸੀ ਲਾਲ ਇੱਕ ਪ੍ਰੋਗਰਾਮ ਦੌਰਾਨ ਪਲਵਾਨਾਂ ਦਾ ਹੌਸਲਾ ਵਧਾਉਣ ਲਈ ਗਏ ਸਨ ਪਰ ਉੱਥੇ ਸਰੀਰਕ ਪੱਖੋਂ ਮਜ਼ਬੂਤ ਕੁੜੀਆਂ ਨੂੰ ਵੇਖ ਕੇ ਕੁਝ ਅਜਿਹਿਆਂ ਕਹਿ ਬੈਠੇ ਕਿ ਹੁਣ ਉਹਨਾਂ ਨੂੰ ਕਿਰਕਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਹੁਣ ਤਾਂ 36 ਗਰਦੀਆਂ ਕੁੜੀਆਂ ਵੀ ਵਧੀਆਂ ਹੋ ਚੁੱਕੀਆਂ ਹਨ ਹੁਣ ਮੁੰਬਈ ਤੇ ਕੋਲਕੱਤਾ ਤੋਂ ਕੁੜੀਆਂ ਨੂੰ ਸੱਦਣ ਦੀ ਕੋਈ ਲੋੜ ਨਹੀਂ ਕਿਉਂਕਿ ਸਾਡੇ ਸੂਬੇ ਦੀਆਂ ਕੁੜੀਆਂ ਵੀ ਵਧੀਆਂ ਹਨ। ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਵਿਵਾਦ ਖੜਾ ਹੋ ਗਿਆ ਹੈ। ਪੰਜਾਬ ਵਿੱਚ ਮਾਂਬੋਲੀ ਦੇ ਵਿਕਾਸ ਅਤੇ ਗੁਰਬਾਣੀ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਪ੍ਰੋਫੈਸਰ ਪੰਡਤ ਰਾਓ ਤ੍ਰੇਨਵਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਜਾਏਗਾ ਪ੍ਰੋਫੈਸਰ ਤ੍ਰੇਨਵਰ ਵੱਲੋਂ ਪਟਿਆਲਾ ਵਿੱਚ ਪੰਜਾਬੀ ਮਾਂ ਬੋਲੀ ਦੇ ਹੱਕ ਹੋਕਾ ਦਿੰਦੇ ਆ ਪੰਜਾਬੀ ਵਿੱਚ ਕੌਮੀ ਰਾਜਮਾਰਗਾਂ ਤੇ ਲੱਗੇ ਸਾਈਨ ਬੋਰਡਾਂ ਤੇ ਪੰਜਾਬੀ ਤੀਜੀ ਥਾਂ ਲਿਖਣ ਵਿਰੁੱਧ ਮਾਰਚ ਕੱਢਿਆ ਗਿਆ ਸੀ ਉਹਨਾਂ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ ਤੇ ਲਖਵਾਉਣ ਦੀ ਮੰਗ ਕਰਦੇ ਆ ਇਹ ਕਦਮ ਚੁੱਕਿਆ ਉਹਨਾਂ ਆਖਿਆ ਕਿ ਜੇਕਰ ਮੰਗ ਤੇ ਗੌਰ ਨਾ ਹੋਈ ਤਾਂ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਕੱਲ 7 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬੀ ਸ੍ਰੀ ਹਰਮੰਦਰ ਸਾਹਿਬ ਨੂੰ ਦੇਸ਼ ਵਿਦੇਸ਼ ਤੋਂ ਮੰਗਵਾਏ ਫੁੱਲਾਂ ਨਾਲ ਸਜਾਉਣ ਦਾ ਕੰਮ ਮumbai ਦੀ ਸੰਗਤ ਵੱਲੋਂ ਸ਼ੁਰੂ ਕੀਤਾ ਗਿਆ ਜੋ ਅੱਜ ਸ਼ਾਮ ਤੱਕ ਮੁਕੰਮਲ ਹੋ ਜਾਏਗਾ ਲਗਭਗ 8 ਟਨ ਫੁੱਲਾਂ ਦੀ ਸਜਾਵਟ ਵਾਸਤੇ ਬੰਗਾਲ ਤੋਂ ਵਿਸ਼ੇਸ਼ ਤੌਰ ਤੇ 40 ਕਾਰੀਗਰ ਤੇ 60 ਸੇਵਾਦਾਰ ਪਹੁੰਚੇ ਹੋਏ ਨੇ ਲਗਭਗ 15 ਕਿਸਮ ਦੇ ਫੁੱਲ ਨੇ ਜਿਨ੍ਹਾਂ ਵਿੱਚ 에ரிகੇਟ ਫੁੱਲ ਦੀਆਂ 4 ਕਿਸਮਾਂ ਬੈਂਕਾਕ ਤੋਂ ਕਾਰਨੇਸ਼ੀਅਨ ਨਾਂ ਦਾ ਫੁੱਲ ਮਲੇਸ਼ੀਆ ਤੋਂ ਮੰਗਵਾਇਆ ਗਿਆ ਹੈ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 6 ਅਕਤੂਬਰ ਦੀ ਅੱਜ ਰਾਤ ਨੂੰ ਕਰਾਈ ਜਾਣ ਵਾਲੇ ਵਿਸ਼ੇਸ਼ ਰਾਗ ਦਰਬਾਰ ਵਿੱਚ ਹਿੱਸਾ ਲੈਣ ਲਈ ਅਮਰੀਕਾ ਤੇ ਆਸਟ੍ਰੇਲੀਆ ਤੋਂ ਰਾਗੀ ਜੱਥੇ ਪਹੁੰਚ ਗਏ ਨੇ ਸੂਬੇ ਵਿੱਚ 2015 ਤੋਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੇਸ਼ ਹੋਣ ਲਈ ਸੱਮਣ ਭੇਜੇ ਨੇ ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਸੰਬੰਧੀ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਤੇ 9 ਅਕਤੂਬਰ ਨੂੰ ਖੁਦ ਪੇਸ਼ ਹੋ ਕੇ ਸਟੈਂਡ ਸਪਸ਼ਟ ਕਰ ਨਹੀਂ ਸਕਦੇ ਆ ਕਮਿਸ਼ਨ ਨੇ ਕਦੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਨੂੰ ਸମ୍ਮਣ ਨਹੀਂ ਕੀਤਾ ਸੀ ਕਮਿਸ਼ਨ ਨੇ ਸਭ ਤੋਂ ਪਹਿਲਾਂ 8 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਸਕੱਤਰਾਂ ਨੂੰ ਪੱਤਰ ਭੇਜ ਕੇ ਡੇਰਾ ਮੁਖੀ ਨੂੰ ਮਾਫੀ ਦੇਣ ਅਤੇ ਫਿਰ ਮਾਫੀ ਵਾਪਸ ਲੈਣ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ 12 ਸਤੰਬਰ ਨੂੰ ਸੱਦਿਆ ਸੀ ਪਰ ਅੰਮ੍ਰਿਤਸਰ ਪੁਜੀ ਕਮਿਸ਼ਨ ਮੂਰੇ ਕੋਈ ਵੀ ਪੇਸ਼ ਨਹੀਂ ਹੋਇਆ ਅਗਲੇ ਦਿਨ ਕਮਿਸ਼ਨ ਨੂੰ ਚਿੱਠੀ ਮਿਲੀ ਕਿ ਅਕਾਲ ਤਖਤ ਸਾਹਿਬ ਸੁਪਰੀਮੇਟ ਜਹਦਰ ਅਦਾਲਤਾਂ ਮੂਰੇ ਪੇਸ਼ ਨਹੀਂ ਹੁੰਦੇ ਕੇਂਦਰ ਸਰਕਾਰ ਨੇ ਖੇਤੀ ਸੰਕਟ ਦੇ ਹੱਲ ਲਈ ਐਮ ਐਸ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਹਦਾਇਤ ਦੇਣ ਦੀ ਮੰਗ ਕਰਦਿਆਂ ਇੱਕ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ। ਅਦਾਲਤ ਨੇ ਆਖਿਆ ਕਿ ਨੀਤੀ ਮਾਮਲਾ ਜਿਸ ਬਾਰੇ ਫੈਸਲਾ ਕਾਰਜਪਾਲਿਕਾ ਕਰ ਸਕਦੀ ਹੈ। ਉਧਰ ਕੌਮੀ ਗ੍ਰੀਨ ਟ੍ਰਿਬਿਊਨਲ ਨੇ ਦਿੱਲੀ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਰਾਜਧਾਨੀ ਦੇ ਐਨ ਵਿਚਕਾਰ ਪੈਂਦੇ ਮੰਤਰ ਮੰਤਰੀ ਇਲਾਕੇ ਵਿੱਚ ਸਾਰੇ ਪ੍ਰਦਰਸ਼ਨਾਂ ਤੇ ਲੋਕਾਂ ਦੇ ਇਕੱਤਰ ਹੋਣ ਤੇ ਸੌਰੀ ਰੋਕ ਲਾਵੇ। ਗੁਜਰਾਤ ਵਿੱਚ 2002 ਵਿੱਚ ਹੋਏ ਕਤਲੇਆਮ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾ 61 ਲੋਕਾਂ ਨੂੰ ਕਲੀਨ ਚਿੱਟ ਦੇਣ ਵਾਲੀ ਕਲੋਜ਼ਰ ਰਿਪੋਰਟ ਨੂੰ ਗੁਜਰਾਤ ਹਾਈ ਕੋਰਟ ਨੇ ਜ਼ਰੂਸਤ ਅੱਠਾਇਆ ਕੱਲ ਇਹ ਫੈਸਲਾ ਸੁਣਾਉਂਦੇ ਆ ਅਦਾਲਤ ਨੇ ਗੋਲਬਰਗ ਸੋਸਾਇਟੀ ਦੰਗਿਆਂ ਵਿੱਚ ਮਾਰੇ ਗਏ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਹਿਸਾਨ ਜਾਫਰੀ ਦੀ ਪਤਨੀ ਜਾਕੀਆ ਜਾਫਰੀ ਦੇ ਉਸ ਦੋਸ਼ ਨੂੰ ਵੀ ਖਾਰਜ ਕਰ ਦਿੱਤਾ ਕਿ ਮੋਦੀ ਅਤੇ ਹੋਰਨਾ ਦੋਸ਼ੀਆਂ ਵੱਲੋਂ ਕਤਲੇਆਮ ਦੀ ਵੱਡੀ ਸਾਜ਼ਿਸ਼ ਵਿੱਚ ਸ਼ਾਮਲ ਸਨ ਭਾਰੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਲਮੀਕੀ ਜਨਮ ਦਿਵਸ ਦੀ ਵਧਾਈ ਦਿੱਤੀ ਹੈ ਪੂਰੇ ਮੁਲਕ ਵਿੱਚ ਵਾਲਮੀਕੀ ਭਾਈਚਾਰੇ ਅਤੇ ਹੋਰਨਾਂ ਵੱਲੋਂ ਮਿਲ ਕੇ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ ਥਾਂ-ਥਾਂ ਫੰਕਸ਼ਨ ਕੀਤੇ ਗਏ ਔਰ ਲੰਗਰ ਲਾਏ ਗਏ ਚੰਡੀਗੜ੍ਹ ਤੋਂ ਖਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਦੀ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਆਪਣੇ ਸੰਦੇਸ਼ ਚ ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕ ਸੰਸਕ੍ਰਿਤ ਭਾਸ਼ਾ ਦੇ ਪਿਤਾਮਾ ਸਨ ਜਿਨ੍ਹਾਂ ਨੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਸੁਨੇਹਾ ਆਪਣੇ ਮਹਾਨ ਗ੍ਰੰਥ ਰਮਾਇਣ ਰਾਹੀਂ ਦਿੱਤਾ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ